कथा पर कथा पर आवे। आरंभ होत है, आओ वीर हनुमान आकर हाँ आसन लीजिए, मैं बालक नादान श्री राम लक्ष्मण जानकी, सदा करो कल्याण सियावर राम, जय जय राम मेरे प्रभु राम, जय जय राम। ਕੱਲ ਪਹਿਲਾਂ ਉਹ ਮਹੀਨੇ ਪੜ੍ਹ ਰਹੇ ਸੀ ਨਾ, ਭਾਦੋਂ ਦਾ ਮਹੀਨਾ ਪੜ੍ਹਿਆ ਸੀ ਮੈਂ, ਭਾਦੋਂ ਦਾ ਦੁਬਾਰਾ ਪੜ੍ਹ ਦੇਣਾ, ਭਾਦੋਂ ਤੱਕ ਪੜ੍ਹੇ ਸੀ। ਕਿਹੜਾ ਪੜ੍ਹਿਆ ਸੀ ਭਾਦੋਂ ਪਰ? ਪਰਮ ਮਾਸੀ, ਤੁਸੀਂ ਇਹਨਾਂ ਦੀ ਅਰਥ ਦੱਸ ਦਿਓ ਜੀ ਵਿੱਚ। ਭਾਦੋਂ ਪਰਮ ਦੇ ਵਿੱਚ ਤੂੰ ਫਿਰੇ ਭੁੱਲਾ, ਮਿਰਗ ਤ੍ਰਿਸ਼ਨਾ ਦੇ ਵਿੱਚ ਨਾ ਜਲ ਹੈਗਾ, ਕਸਤੂਰੀ ਮਿਰਗ ਦੀ ਨਾਭੀ ਦੇ ਵਿੱਚ ਮਹਿਕੇ ਘਰ ਛੱਡ ਫਿਰਦਾ, ਜੰਗਲ ਵੱਲ ਹੈਗਾ ਪਰਦਾ ਭਰਮ ਦਾ ਦੇਖ ਖਾਂ, ਚੱਕ ਕੇ ਤੂੰ ਤੂੰ ਤਾਂ ਸਦਾ ਅਖੰਡ ਅਟਲ ਹੈਗਾ, ਸੰਤ ਦਾਸ ਜਗਤ ਨੂੰ ਕਹੇ ਸੱਚਾ, ਬਸ ਮਾਇਆ ਦਾ ਇਹੋ ਹੀ ਛਲ ਹੈਗਾ। ਕੱਲ ਉਹੀ ਦੱਸਿਆ ਜੀ ਨਾ ਕਿ ਕਸਤੂਰੀ ਇਹਦੇ ਅੰਦਰ ਹੁੰਦੀ ਹਾਂ ਹੈ ਉਹ ਇਹਨਾਂ ਦਾ ਅਰਥ ਬਾਹਰ। ਕਰ ਦਿੱਤਾ ਕੱਲ ਬੁੱਧ ਨੇ। ਹਾਂ, ਅਗਲਾ ਅੱਸੂ ਪਰ ਅੱਖੀਆਂ ਤੇਰੀਆਂ ਵਿਗੜ ਗਈਆਂ, ਤੈਨੂੰ ਦਿਸਦਾ ਆਪਣਾ ਨੂਰ ਨਹੀਂਓ, ਜਿਵੇਂ ਉੱਲੂ ਨੂੰ ਦਿਨੇ ਨਾ ਨਜ਼ਰ ਆਵੇ ਪਰ ਸੂਰਜ ਦਾ ਕੋਈ ਕਸੂਰ ਨਹੀਂਓ। ਧੀਆਂ ਪੁੱਤਰ ਤੇ ਇਸਤਰੀ ਮਾਨ ਪਾ ਕੇ ਹੋਣਾ ਚਾਹੀਦਾ ਤੈਨੂੰ ਮਗਰੂਰ ਨਹੀਂਓ, ਸੰਤ ਦਾਸ ਕਰਕੇ ਪਾਪ ਸੁੱਖ ਚਾਹੇ, ਇਹ ਰੱਬ ਦੇ ਘਰ ਦਸਤੂਰ ਨਹੀਂਓ। ਮਹਾਰਾਜ ਜੀ ਫਰਮਾਉਂਦੇ ਨੇ, ਸਾਡੀਆਂ ਅੱਖਾਂ 'ਚ ਫਰਕ ਪੈ ਗਿਆ। ਅਸੀਂ ਅੱਖਾਂ ਜਿਹੜੇ ਹੀ ਫਰਕ ਹੈਗੇ ਪੜਿਆ। ਨਾ, ਆਪ ਨੂੰ ਪਛਾਣਦੇ ਨਹੀਂ। ਆਪਣੇ ਆਪ ਨੂੰ ਪਛਾਣੋਗੇ ਤੁਹਾਨੂੰ ਪਤਾ ਲੱਗੇ ਵੀ ਮੈਂ ਕੌਣ ਹੈਗਾ। ਹਾਂ, ਜਿਵੇਂ ਉੱਲੂ ਨੂੰ ਪਤਾ ਨਹੀਂ ਹੁੰਦਾ ਵੀ ਸੂਰਜ ਦੀ ਰੋਸ਼ਨੀ ਕੀ ਹੈਗੀ, ਉਹਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਰਾਤ ਨੂੰ ਨਜ਼ਰ ਆਉਂਦਾ, ਦਿਨ ਉਹਨੂੰ ਨਜ਼ਰ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਇਹਦਾ ਤਾਂ ਕੋਈ ਨਹੀਂ। ਇਸੇ ਤਰ੍ਹਾਂ ਸਾਡਾ ਵੀ ਹੈ ਨਾ, ਧੀਆਂ ਤੇ ਪੁੱਤਰਾਂ ਦਾ ਜਿਹੜਾ ਹੈ ਨਾ ਸਾਨੂੰ ਗੁਮਾਨ ਘਮੰਡ, ਸਾਡਾ ਮੇਰਾ ਹਾਂ, ਪੁੱਤਰ ਹੈ, ਮਾਈ ਦਾ ਮੇਰੀ ਧੀ ਹੈ, ਭੜ ਗਈ ਹੈ, ਮੇਰਾ ਆਦਮੀ ਇੰਨਾ ਕਮਾਉਂਦਾ ਹੈ, ਇੰਨਾ ਸਿਆ ਗਿਆ, ਇਹ ਜਿਹੜਾ ਘਮੰਡ ਹੁੰਦਾ ਹੈ, ਇਹ ਜਿਹੜਾ ਹੈ ਨਾ, ਇਹ ਇਹ ਛੱਡਣਾ ਕਸੂਰ ਹੈ। ਚਾਹੀਦਾ। ਸੰਤ ਉਹ ਦਾਸ ਕਹਿੰਦੇ ਨਾ, ਕਰਕੇ ਤਾਂ ਸਤਿਗੁਰ ਸਭ ਦੇ ਘਰ ਸਤਿਗੁਰ ਤਾਂ ਕਸੂਰ ਇੱਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਵੇਖਣ ਵਾਲੀ ਅੱਖ ਜਿਹੜੀ ਉਹਦੇ ਵਿੱਚ ਨੂਰ ਨਹੀਂ। ਬੜਿਆਈਆਂ ਤੇ ਆਪ ਦੀਆਂ ਤਰੀਫਾਂ ਕਰਦੇ ਰਹਤੇ ਤੇ ਸੁਣਨ ਵਾਲੇ ਮਨ ਵਿੱਚ ਥੋੜਾ ਜਿਹਾ ਹੋ ਜਾਂਦਾ ਹੈ ਕਿ ਮੈਂ ਵੀ ਹੁੰਦਾ, ਉਹਦਾ ਮਨ ਦੁੱਖ ਜਾਂਦਾ ਸੁਣਨ ਵਾਲੇ ਦਾ। ਜਿਹਦੇ ਘਰ ਥੋੜ ਹੋਵੇ, ਜਿਹਨੂੰ ਜਿਸ ਚੀਜ਼ ਦੀ ਕਮੀ ਹੋਵੇ, ਉਹਦਾ ਮਨ ਦੁੱਖ ਜਾਂਦਾ ਹੈ ਕਿ ਮੇਰੇ ਕੋਲ ਵੀ ਇੰਨਾ ਤਰ ਹੁੰਦਾ। ਤੇ ਇਸ ਵਾਸਤੇ ਤੁਹਾਨੂੰ ਉਹ ਹਾਂ ਰੱਬ ਦੇ ਘਰ ਤੇ ਮਾਇਆ ਦੇ ਕਹੇ ਮਗਰੂਰ ਨੇ, ਆ ਗੁਮਾਨ ਨਹੀਂ ਕਰਨਾ ਚਾਹੀਦਾ। ਜੇ ਤੇ ਸੁੱਖ ਚਾਹਣਾ ਹੈ, ਪਾਪ ਕਰਕੇ ਕਹਿੰਦਾ ਮੈਨੂੰ ਸੁੱਖ ਮਿਲ ਜਾਣ, ਪਾਪ ਕਰੇਗਾ ਤਾਂ ਸੁੱਖ ਰਹਿੰਦੇ। ਰੱਬ ਦੇ ਕਿੱਥੇ ਘਰ ਦੇ ਮਿਲਦੇ? ਵਿੱਚ ਜਿਹੜਾ ਇਨਸਾਨ ਅੱਛਾ ਹੈ, ਉਹਦੇ ਵਾਸਤੇ ਸੁੱਖ ਹੈ, ਦੁੱਖ ਹੈ ਤਾਂ ਨਹੀਂ, ਠੀਕ ਪਰ ਠੀਕ ਠੀਕ ਪਰਮਾ ਦੇ ਹੋ ਵੀ ਵੈਸੇ ਠੀਕ ਪੂਰਾ ਕਰਨ ਨਾਲ ਦੁੱਖ ਸੁੱਖੀ ਹੈ। ਹੈ। ਅੱਗੋਂ ਪੜ੍ਹੋ। ਕੱਤਕ ਕਰਮ ਦੇ ਪਿੰਜਰੇ ਵਿੱਚ ਫਸ ਕੇ ਸ਼ੇਰ ਵਾਂਗਣਾ ਤੂੰ ਪਰਾਧੀਨ ਹੋਇਆ, ਛੱਡ ਕੁੱਲ ਤੇ ਜੱਦ ਦੀ ਲਾਜ ਸਾਰੀ, ਵਾਂਗ ਬਿੱਲੀਆਂ ਫਿਰੇ ਮਸਕੀਨ ਹੋਇਆ, ਸ਼ੁੱਧ ਜਿਵੇਂ ਸਭ ਟਕ ਸਰੂਪ ਤੇਰਾ, ਵਿਸ਼ੇ ਸੰਗ ਦੇ ਨਾਲ ਮਲੀਨ ਹੋਇਆ, ਪਰ
ਬਾਬਾ ਕੁਮਾਰ ਖਾਂ ਉੱਠ ਕੇ ਸੰਤ ਦਾਸਾ ਹੋ ਕੇ ਸ਼ੇਰਵਾਂ, ਕਿਉਂ ਫਿਰੇ ਗਮਗੀਨ ਹੋਇਆ। ਕਰਮਾਂ ਦੇ ਜੇ ਅਸੀਂ ਅੱਛੇ ਬੁਰੇ ਕਰਮ ਕਰਨੇ ਆ ਉਹਨਾਂ ਦੇ ਲਈ ਫਸੇ ਹੋਏ। ਜਿਸ ਤਰ੍ਹਾਂ ਸ਼ੇਰ ਇੱਕ ਪਿੰਜਰੇ 'ਚ ਫਸ ਜਾਂਦਾ ਹੈ ਹਾਂ, ਤੇ ਉਹਨੂੰ ਕੋਈ ਆਪਦੀ ਜਿਹੜੀ ਪਰਾਧੀਨ ਹੋ ਤਾਕਤ ਗਿਆ। ਖਤਮ ਹੋ ਜਾਂਦੀ ਹੈ, ਉਹ ਦੂਜੇ ਜਿਹੜੇ ਅਧੀਨ ਹੋ ਜਾਂਦਾ ਹੈ, ਕੋਈ ਬਾਹਰ ਕੱਢੇ ਤਾਂ ਨਿਕਲ ਸਕਦੇ, ਨਹੀਂ ਨਿਕਲ ਸਕਦੇ। ਸਾਡੇ ਕੋਲ ਤੇ ਜਦ ਇਲਾਜ ਸਾਰੇ ਬਣ ਗਈਆਂ ਫਿਰ ਮਸਤੀ ਹੋਇਆ ਸਾਰੀ ਆਪਦੀ ਜਾਤ ਦੀ ਇੱਜ਼ਤ ਨੂੰ ਗਵਾ ਕੇ ਤੇ ਫਿਰ ਤੂੰ ਦੁਨੀਆ ਤਰ੍ਹਾਂ ਘਰ ਘਰ ਹਰ ਘਰ ਜਿੰਨਾ ਸੌਂਦਾ ਫਿਰ ਹਰ ਇੱਕ ਦੀ ਹਾਂ ਸੁਣਨੀ, ਗਿਲਾ ਕਰਨਾ, ਚੁਗਲੀ ਕਰਨੀ, ਨਿੰਦਾ ਕਰਨੀ, ਇਹ ਤਾਂ ਘਰ ਘਰ ਦੀਆਂ ਇਸ ਤਰ੍ਹਾਂ ਦਾ ਮਨ ਰੱਖਿਆ ਹੋਇਆ। ਸ਼ੁੱਧ ਜਿਵੇਂ ਸਪਟ ਗੁਰੂ ਸੁਪ ਸੁਪਟ ਕੋਈ ਚੀਜ਼ ਐਸੀ ਹੁੰਦੀ ਜਿਹੜੀ ਬੜੀ ਸ਼ੁੱਧ ਹੁੰਦੀ ਹੈ ਤੇ ਸਾਫ਼ ਹੁੰਦੀ ਹੈ, ਹਾਂ ਬਿਲਕੁਲ ਸ਼ੁੱਧ। ਉਹ ਮੈਨੂੰ ਪਤਾ ਨਹੀਂ ਤੇ ਹਾਂ ਉਹ ਤੇ ਪਰ ਤੇਰਾ ਜਿਹੜੀ ਆਤਮਾ ਉਹ ਤਾਂ ਸ਼ੁੱਧ ਹੈ, ਨਿਰਮਲ ਹੈ, ਸਾਫ਼ ਹੈ, ਲੇਕਿਨ ਤੂੰ ਜਿਹੜਾ ਹੈ ਨਾ ਵਿਸ਼ਿਆਂ ਦੇ ਨਾਲ ਰਲ ਕੇ ਵਿਸ਼ੇ ਵਿਕਾਰਾਂ 'ਚ ਹੋਇਆ ਉਸ ਵਿਸ਼ੇ ਵਾਸਤੇ ਨਾਲ ਤੇਰੀ ਮਲੀਨ ਹੋ ਗਿਆ। ਮਹਿਲ ਤੇਰੇ ਮਨ 'ਚ ਮਹਿਲ ਚੜ ਗਈ ਵਿਸ਼ੇ ਵਿਕਾਰਾਂ। ਬਾਬਾ ਕੁਮਾਰ ਖਾਂ ਉੱਤੇ ਸਨ ਹੋ ਕੇ ਸ਼ੇਰ 'ਚ ਫਿਰ ਗੰਦੀ ਹੋਇਆ, ਜੇ ਤੇਰੀ ਆਤਮਾ ਤਾਂ ਸ਼ੇਰ ਹੈ, ਆਤਮਾ ਦਹਾੜ ਤਾਂ ਮਾਰ ਸ਼ੇਰ, ਦਹਾੜ। ਆਤਮਾ ਤੇਰੀ ਸ਼ੇਰ ਤਰ੍ਹਾਂ ਹੈ, ਉਸ 'ਤੇ ਤੂੰ ਧਿਆਨ ਕਰ ਤੇ ਇਹਨਾਂ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਉਸ ਪਰਮਾਤਮਾ ਦਾ ਭਜਨ ਕਰ। ਬਾਬਾ ਕੁਮਾਰ ਨੇ ਮਗਰ ਮਗਰ ਬਬਰ ਮਨੋ ਮੁੰਡਾ ਮੁਕਾਏ ਸੰਕਲਪ ਸਾਰੇ, ਜ਼ਰਾ ਅੱਖ ਦੀ ਪੁਤਲੀ ਪਲਟ ਦੇਖੋ, ਨਾਹੀ ਮਲੋ ਬਭੂਤ ਨਾ ਫੜੋ ਮਾਲਾ, ਜ਼ਰਾ ਗੇੜ ਕੇ ਚਿੱਤ ਦਾ ਹਲਟ ਦੇਖੋ, ਜ਼ਰਾ ਸਵਾਸ ਨੂੰ ਖਿੱਚ ਕੇ ਤਹਾਂ ਚਾੜੋ, ਅੱਖੀ ਆਪਣੇ ਰੂਪ ਦੀ ਝਲਕ ਦੇਖੋ, ਫੇਰ ਸੰਤ ਦਾਸਾ ਕਿੱਥੇ ਮਰਨ ਜਮਨ, ਕਰੋ ਛੇਤੀ ਨਾਹੀ ਅੱਜ ਬਲਕ ਦੇਖੋ। ਤੈਨੂੰ ਸਾਰੇ ਮਨ ਦੇ ਸੰਕਲਪ ਸੰਕਲਪ ਹੀ ਹੁੰਦੇ ਨੇ, ਜਿਵੇਂ ਆਪਾਂ ਕਹਿੰਦੇ ਸਾਡਾ ਇਹ ਕੰਮ ਪੂਰਾ ਹੋ ਜਾਵੇ, ਇਹ ਮਿਲ ਜਾਵੇ, ਇਹ ਲਈਏ, ਇਹ ਸਾਰੇ ਮਨ ਦੇ ਪੁਰਨੇ ਸੰਕਲਪ ਨੇ ਵੀ ਜਿਹੜੇ ਪੁਰਨੇ ਸਾਡੇ ਅੰਦਰ ਪੁਰਦੇ ਰਹਿੰਦੇ, ਇਹਨਾਂ ਸਾਰਿਆਂ ਨੂੰ ਛੱਡ ਕੇ ਉਸ ਵੇਲੇ ਧਿਆਨ ਪ੍ਰਭੂ ਵੱਲ ਧਿਆਨ ਲਗਾਓ। ਕੋਈ ਨਾ ਬਬੂਤ ਬਹੁਤ, ਹੈ ਉਹਨੇ ਬਬੂਤ ਮਿਲ ਕੇ ਨਾ ਮਾਲਾ ਫੜਨ ਦੀ ਲੋੜ ਹੈ, ਨਾ ਬਹੁਤ। ਵਾਸਤੇ ਬੈਠੇ ਹੁੰਦੇ ਨੇ, ਮਾਲਾ ਬਵਾਈ ਹੁੰਦੇ, ਗਿਣਤੀ ਨਾਲ ਭਗਵਾਨ ਦਾ ਭਜਨ ਕਰਦੇ ਨੇ ਵੀ ਗਿਣਤੀ ਨਾਲ ਕਰਨਾ, ਕਹਿੰਦੇ ਨਹੀਂ ਉਹਦੀ ਵੀ ਲੋੜ ਨਹੀਂ, ਬਹੁਤ ਮਲਣ ਦੀ ਲੋੜ ਹੀ ਨਹੀਂ, ਇੱਥੇ ਨੀ ਮਨ ਨੂੰ ਥੋੜ੍ਹਾ ਉਡਾ ਦਿਓ, ਮਨ ਨੂੰ ਜਗਤ ਤੋਂ ਮਨ ਨੂੰ ਗੇੜ ਕੇ ਵੇਖੋ, ਖੂਹ ਤਰ੍ਹਾਂ ਹਲਟ ਜਿਹੜਾ ਹੁੰਦਾ, ਖੂਹ ਹੁੰਦਾ ਨਾ, ਹਲਟ ਤਰ੍ਹਾਂ ਗੇੜ ਕੇ। ਕੇ ਪ੍ਰਭੂ ਬੋਲੇ ਲਾ ਦਿਓ, ਸਵਾਸਾਂ ਨੂੰ ਖਿੱਚ ਕੇ ਤੇ ਉਹ ਜਿਸ ਸਵਾਸ ਉੱਤੇ ਚੜਾ ਲਏਗਾ ਉਸਦਾ ਸਿਮਰਨ ਕਰਦਾ ਕਰਦਾ ਤੇਰੇ ਸਵਾਸ ਉੱਤੇ ਚੜ ਜਾਣਗੇ, ਉਦੋਂ ਤੈਨੂੰ ਅੰਦਰੋਂ ਝਲਕ ਆਪਣੇ ਆਪ ਵਿੱਚ ਆਏਗੀ ਕਿ ਤੂੰ ਕੌਣ ਹੈ, ਤੂੰ ਕਿਵੇਂ ਹਾਂ ਹੈ, ਤੇ ਕਿੰਨੀ ਕੁ ਕੀਮਤ ਹੈ ਤੇਰੀ, ਕਿੰਨਾ ਕੁ ਤੇਰੇ 'ਚ ਨੂਰ ਹੈ। ਸੰਤ ਦਾਸ ਕਿੱਥੇ ਮਰਨ ਮਰਨ ਜੰਮਨ ਕਰੋ ਛੇਤੀ ਆਏਗਾ, ਤੇ ਮਰਨ ਜੰਮਨ ਦਾ ਕੋਈ ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ, ਦੇਰ ਨਾ ਕਰੋ, ਜਲਦੀ ਕਰੋ ਤੁਸੀਂ ਉਸ ਭਗਵਾਨ ਨੇ ਉਸਤਾ ਜੀ ਉਸ ਆਪਦੇ ਸਿਮਰਨ ਨੂੰ ਕਰਕੇ ਉਸ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰੋ। ਤੋ ਉਹ ਪਕੜਿਆ ਝੂਠ ਜਾਂ ਸੱਚ ਤਜ ਕੇ, ਤੈਨੂੰ ਝੂਠ ਨੇ ਝੂਠਾ ਬਣਾ ਦਿੱਤਾ, ਜਿਵੇਂ ਸ਼ੇਰ ਆਇਆਲੀ ਦੇ ਹੱਥ ਆਇਆ, ਪਕੜ ਸ਼ੇਲੀਆਂ ਨਾਲ ਮਿਲਾਏ ਦਿੱਤਾ।
ਰੀਤ ਮਾਸ ਦੇ ਖਾਣ ਦੀ ਦੂਰ ਕੀਤੀ, ਘਾਸ ਫੂਸ ਤੇ ਅੰਨ ਖੁਲਾਏ ਦਿੱਤਾ। ਸਤ ਚਿੱਤ ਆਨੰਦ ਸਰੂਪ ਤੇਰਾ ਦਾਸ ਮਾਇਆ ਨੇ ਤਿਵੇਂ ਭੁਲਾਏ ਦਿੱਤਾ। ਤੂੰ ਜੋ ਸੱਚ ਨੂੰ ਛੱਡ ਕੇ ਜੋਸ਼ ਨੂੰ ਹੈ ਇਨਸਾਨ, ਤੂੰ ਸੱਚ ਨੂੰ ਛੱਡ ਕੇ ਜੋਸ਼ ਨੂੰ ਪਕੜ ਲਿਆ, ਜੋਸ਼ ਨੂੰ ਪਕੜ ਕੇ ਤੂੰ ਆਪ ਹੀ ਝੂਠਾ ਹੋ ਗਿਆ। ਕਿਵੇਂ ਹੋ ਗਿਆ? ਜਿਵੇਂ ਅਸੀਂ ਇੱਕ ਸਾਨੂੰ ਐਵੇਂ ਲੱਗਦਾ ਫੇਰ ਵੀ ਨੂੰ ਅਸੀਂ ਬਸ ਬੱਕਰੀਆਂ ਵਿੱਚ ਲਾਤਾ, ਜੇ ਹੈ ਫੇਰ ਨੂੰ ਬੱਕਰੀਆਂ ਵਿੱਚ ਲਾਤਾ ਅਯਾਲੀ ਨੇ। ਜੋਰ ਨੇ ਜੂਠਾ ਬਣਾ ਦਿੱਤਾ, ਜਿਸ ਤਰ੍ਹਾਂ ਕਿ ਅੱਗੋਂ ਤੁਹਾਨੂੰ ਦੱਸਦੀ, ਜਿਸ ਤਰ੍ਹਾਂ ਕਿ ਇੱਕ ਸ਼ੇਰਾਂ ਅਯਾਲੀ ਜਾਂਦਾ ਬੇਗਾ ਚਾਰਨ ਵਾਸਤੇ, ਉਹਦੇ ਹਾਂ ਵਿੱਚ ਸਾਨੂੰ ਸਮਝਿਆ ਪੈ ਜਾਂਦੀ ਹੈ, ਉਹ ਵਾਪਸ ਉਹ ਲਿਆਉਣ ਲੱਗਦਾ ਬੇਗਾ, ਤੇ ਇੱਕ ਸ਼ੇਰ ਦਾ ਬੱਚਾ ਕਿਸੇ ਵਿੱਚ ਰਲ ਜਾਂਦਾ, ਛੋਟਾ ਜਿਹਾ ਮਾਸੂਮ ਬੱਚਾ, ਉਹਨੂੰ ਵੀ ਹਾਂ ਉਹ ਸੋਚਿਆ ਮਾਰ ਮਾਰ ਕੇ ਬੇਗਾ ਦੇ ਉੱਤੇ ਨਾਲੇ ਲੈ ਆਉਂਦਾ, ਹਨੇਰੇ ਚ ਉਹਨੂੰ ਪਤਾ ਨਹੀਂ ਲੱਗਦਾ ਵੀ ਬੇੜ ਹੈ ਕਿ ਸ਼ੇਰ ਹੈਗਾ। ਉਹ ਆ ਕੇ ਫਿਰ ਆਪਣੇ ਬੇਗਾ ਨੂੰ ਗਾਸ ਗੂਸ ਪਾਉਂਦਾ, ਜਿਹੜਾ ਕੋਈ ਖਾਂਦੀ ਹੋਣੀ ਬੱਚੇ, ਉਹਨੂੰ ਹੋਰ ਤਾਂ ਕੁਛ ਮਿਲਦਾ ਨੀ, ਬੱਚਾ ਵੀ ਜੋ ਖਾਣ ਲੱਗ ਜਾਂਦਾ ਸ਼ੇਰ ਦਾ ਬੱਚਾ, ਨਾ ਤਾਂ ਸ਼ੇਰਾਂ ਦੇ ਬੱਚੇ ਕਦੀ ਘਾਸ ਨਹੀਂ ਖਾਂਦੇ, ਉਹ ਮੀਟ ਹੀ ਖਾਂਦੇ ਨੇ, ਉਹਨਾਂ ਨੇ ਨਹੀਂ ਖਾਂਦੇ, ਕਦੀ ਸ਼ੇਰਾਂ ਦੇ ਬੱਚੇ ਨਾ ਘਾਸ ਖਾਂਦੇ, ਭਾਵੇਂ ਰਹਿਣ ਭੁੱਖੇ 5 ਸਾਲ, ਭਾਈ ਕਿੰਨਾ ਭੁੱਖੇ ਰਹਿਣ, ਉਹ ਘਾਸ ਫੂਸ ਨਹੀਂ ਖਾਂਦੇ। ਉਸੇ ਤਰ੍ਹਾਂ ਮਹਾਰਾਜ ਕਹਿੰਦੇ ਭੈਣ ਜੀ, ਉਹ ਜਿਵੇਂ ਉਹ ਘਾਸ ਫੂਸ ਖਾਣ ਲੱਗ ਜਾਂਦਾ, ਫਿਰ ਇੱਕ ਦਿਨ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਜਾਂਦਾ, ਫਿਰ ਰੋਜ਼ ਜਾਂਦਾ ਉਹਨਾਂ, ਉਹ ਸਮਝਦਾ ਮੈਂ ਵੀ ਬੇੜ ਆ ਇਹਨਾਂ ਵਰਗੀ, ਹੁਣ ਪਤਾ ਹੀ ਹੁੰਦਾ ਆਪ ਸਰੂਪ ਦਾ ਵੀ ਮੈਂ ਤਾਂ ਸ਼ਕਲ ਦਾ ਹੋਰ ਆ ਕੇ ਹੋਰ ਹੈਗੇ ਨੇ, ਕਿਉਂਕਿ ਆਪ ਸ਼ਕਲ ਆਪੇ ਨਹੀਂ ਦਿਖਦੀ, ਤੂੰ ਨਹੀਂ ਦੇਖ ਸਕਦਾ, ਸ਼ੀਸ਼ਾ ਹੋਵੇ ਤਾਂ ਵੇਖ ਸਕਦਾ, ਨਹੀਂ ਤਾਂ ਨਹੀਂ ਵੇਖ ਸਕਦਾ, ਹਾਂ ਉਹਨੂੰ ਵੀ ਠੀਕ ਹੈ। ਵਿਖਾਈ ਨਹੀਂ ਦਿੰਦਾ। ਤੇ ਉਹ ਇੱਕ ਵਾਰੀ ਉਹ ਦਿਨ ਵੇਲੇ ਕੋਲ ਬੇਗਾ ਚਾਰਨ ਚਲਾ ਜਾਂਦਾ ਹੈ, ਤੋ ਇੱਕ ਤਲਾਬ ਆ ਜਾਂਦਾ ਹੈ, ਉਹ ਤਲਾਬ ਤੇ ਨਾ ਹੁੰਦਾ ਹੈ ਖੜਾ ਹੋ ਕੇ ਦੇਖਣ ਲੱਗ ਪਾਉਂਦੇ ਬੇਟਾ ਬੱਕਰੇ ਜਿਵੇਂ ਕਿੱਧਰ ਜਾਂਦੀਆਂ, ਉਹ ਬੱਚਾ ਸ਼ੇਰਾਂ ਸ਼ੇਰ ਦਾ ਜਿਹੜਾ ਸੀ ਸ਼ੇਰਨੀ ਦਾ, ਉਹ ਹੀ ਉੱਥੇ ਖੜਾ ਹੋ ਜਾਂਦਾ, ਉਹ ਆਪਦੀ ਪਰਛਾਈ ਵੇਖ ਲਵੇ, ਆਪਦੀ ਪਰਛਾਈ ਵੇਖ ਲੈ, ਪਰਛਾਈ ਵੇਖ ਕੇ ਵੇਖਦਾ ਕਹਿੰਦਾ ਵੀ ਮੈਂ ਤਾਂ ਇਹਨਾਂ ਦਾ ਤਾਂ ਹੈ ਹੀ ਨੀ, ਨਾ ਹੈ ਇਹ ਕੌਣ, ਤੇ ਮੈਂ ਇਹਨਾਂ ਨਾਲ ਕਿਸੇ ਨਹੀਂ ਬਣਿਆ ਗਿਆ। ਉਹ ਇੱਕੇ ਜ਼ੋਰ ਦੀ ਗਰਜ ਕਰਦਾ, ਅੰਦਰੋਂ ਹੀ ਗਰਜ ਹੁੰਦੀ ਹੈ, ਖੂਹ ਦੇ ਵਿੱਚ ਤਲਾਬ ਫਿਰ ਉਹ ਕਹਿੰਦਾ ਹੈ ਕਿ ਤੂੰ ਵੀ ਤਾਂ ਸ਼ੇਰ ਹੀ ਹੈ, ਗਰਜ ਕੇ ਵਿਖਾ, ਤੂੰ ਵੀ ਤਾਂ ਉਹ ਸ਼ੇਰ ਹੀ ਹੈ, ਭਾਵਦੇ ਹੈ ਕਿ ਕਿ ਸਾਡੇ ਆਪਾਂ ਵਰਗੀ ਮਾਇਆ ਦੇ ਮੋਹ ਵਿੱਚ ਚੱਲ ਕੇ ਆਪਾਂ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ। ਉਹ ਫਿਰ ਉਹ ਬਿਲਕੁਲ ਗਾੜ ਮਾਰ ਕੇ ਵੱਜ ਜਾਂਦਾ, ਉੱਥੇ ਨਿਕਲ ਜਾਂਦਾ ਹੈ। ਤੇ ਹਾਂ ਇਸੇ ਤਰ੍ਹਾਂ ਕਿ ਤੂੰ ਵੀ ਆਪਣੇ ਆਪ ਨੂੰ ਭੁੱਲਿਆ ਹੋਇਆ ਹੈ, ਭੁੱਲਿਆ ਤੇ ਹੋਇਆ। ਹੁਣ ਇਹਨਾਂ ਨੇ ਆਪਣੇ ਵਿੱਚ ਅੱਛੇ ਪਾਸੇ ਲਾ ਲਿਆ, ਤਾਂ ਉਹਨਾਂ ਮੀਟ ਖਾਣਾ ਮਾਸ ਦੀ ਰੀਤ ਹੀ ਛੱਡ ਖਤਮ ਕਰ ਦਿੱਤੀ ਸੀ। ਇਸੇ ਤਰ੍ਹਾਂ ਅਸੀਂ ਵੀ ਅੱਛੇ ਪਾਸੇ ਲੱਗ ਜਾਈਏ, ਤੇ ਸਾਡੇ ਵੀ ਜਿਹੜੇ ਸਾਡੇ ਹੈਗੇ ਨੇ ਦੋਸ਼ ਹੈ, ਉਹ ਮਿਟ ਸਕਦੇ। ਠੀਕ ਹੈ। ਮਾਗ ਇਹ ਤਾਂ ਮਰਨ ਤੇ ਜਨਮ ਦੀ ਪਈ ਫਾਹੀ, ਜਦੋਂ ਆਪਣੇ ਆਪ ਨੂੰ ਭੁੱਲ ਲਿਆ ਤੂੰ, ਵਾਂਗ ਮੇਰੇ ਅਡੋਲ ਸਰੂਪ ਤੇਰਾ ਬਰਮ ਨਾਲ ਝੰਡੇ ਵਾਂਗੂ ਝੁੱਲ ਲਿਆ ਤੂੰ। ਮੱਛ ਕੱਛ ਸਵਾਨ ਤੇ ਸੱਪ ਹੋ ਕੇ, ਜੂਨ ਅਣਕ ਮਲੀਨ ਵਿੱਚ ਰੁਲਿਆ ਤੂੰ। ਸੰਤ ਦਾਸ ਜਾ ਭੁੱਲਿਆ ਆਪ ਤਾਈ, ਸੋਨਾ ਰਤਕਾਂ ਦੇ ਨਾਲ ਤੁਲ ਲਿਆ ਤੂੰ। ਵਾਹ, ਬਹੁਤ ਰੱਤੀਆਂ ਨਾਲ ਤੁਲ ਗਿਆ, ਬਹੁਤ ਰੱਤੀ ਨਾਲ। ਆ ਵੀ ਸੋਨਾ ਹੋ ਕੇ। ਹਾਂ ਦੱਸੋ ਮਾਸੀ, ਸਮਝਾਓ ਸਮਝਾਓ ਮੈਨੂੰ। ਰਾਜ ਹੋ ਗਿਆ ਹੁਣ,
ਆਏ ਸਮਝਾਓ, ਤੁਸੀਂ ਸਮਝਾ ਦਿਓ। ਸਤਨਾਮ ਵਾਹ ਤੈਂਕ। ਮਾਘ ਮਰਨ ਦੀ ਜਨਮ ਪਈ ਵਾਹੇ ਪਈ ਫਾਹੀ ਫਾਹੀ ਜਦੋਂ ਹੈ, ਜਨਮ ਦੀ ਪਈ ਫਰ ਆਪਣੇ ਮਰਨ ਤੇ ਜਨਮ ਦੇ ਫਾਹੀ ਦੇ ਵਿੱਚ ਜਦੋਂ ਪੈ, ਜਦੋਂ ਤੂੰ ਆਪਦੇ ਆਪ ਨੂੰ ਭੁੱਲ ਜਾਂਦਾ ਹੈ ਨਾ ਵੀ ਤੂੰ ਇਹ ਕੀ ਹੈਗਾ, ਤੂੰ ਆਤਮਾ ਪਰਮਾਤਮਾ ਦਾ ਤੂੰ ਅੰਸ਼ ਹੈ, ਉਦੋਂ ਫਿਰ ਤੇਰਾ ਜਨਮ ਮਰਨ ਫਿਰ ਸ਼ੁਰੂ ਹੋ ਜਾਂਦਾ। ਨਹੀਂ ਤਾਂ ਜਦੋਂ ਤੂੰ ਆਪਦੇ ਆਪ ਨੂੰ ਸਮਝ ਲਏਗਾ ਵੀ ਹਾਂ ਵੀ ਮੈਂ ਕੌਣ ਆ, ਮੈਂ ਕਿਸ ਲਈ ਆਇਆ ਆਇਆ, ਹਨਾ ਹਨਾ, ਤੇ ਜੇ ਉਹ ਬਾਣੀ ਦੀ ਗੱਲ ਸਮਝ ਲਏਗਾ ਵੀ ਭਾਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਜਦੋਂ ਸਮਝ ਲਏਗਾ ਫਿਰ ਤੂੰ ਜਨਮ ਮਰਨ ਦੀ ਭੁੱਲ, ਨਹੀਂ ਤਾਂ ਤੂੰ ਜਨਮ ਮਰਨ 'ਚ ਆਏਗਾ ਆਏਗਾ, ਵੈਸੇ ਤੂੰ ਪਾਰ ਲੰਘ ਸਕਦਾ ਤੂੰ। ਵਾਂਗ ਮੇਰ ਤੂੰ ਹੈਗਾ ਇੰਨਾ ਮਤਲਬ ਪਰਬਤ ਦੀ ਤਰ੍ਹਾਂ ਇੰਨਾ ਤਕੜਾ ਹੈਗਾ, ਲੇਕਿਨ ਸਰੂਪ ਤੇਰਾ ਉਹ ਲੇਕਿਨ ਝੰਡੇ ਵਾਂਗ, ਜਿਵੇਂ ਝੰਡੇ ਥੋੜੀ ਆਵਾਜ਼ ਤਾਂ ਚੁਲਾ ਦਿੰਦੀ, ਤੂੰ ਉਸ ਤਰ੍ਹਾਂ ਤੇਰਾ ਹੋਇਆ ਪਿਆ ਹਾਰ, ਇੰਨਾ ਕਮਜ਼ੋਰ ਹੋਇਆ ਪਿਆ ਆਤਮਾ ਤੇਰੀ, ਇੰਨੀ ਵੀਕ ਤੂੰ ਕੀਤੀ ਬੈਠਾ ਹੈ ਆਪਦੇ ਕਰਮਾਂ ਦੇ ਹਿਸਾਬ ਦੇ ਨਾਲ, ਜੇ ਕੋ ਨਲੈਕੀ ਵਾਲੇ ਕੰਮ ਜਿਹੜੇ ਕਰ ਰਹੇ, ਮੱਛ ਕੱਛ ਸਵਾਨ ਇਹ ਸਾਰੇ ਇਹ ਜੀਵ ਜੰਤੂਆਂ ਦੇ ਨਾਂ ਦਿੱਤੇ ਨੇ, ਇੰਨੇ ਹੋ ਕੇ ਜੂਨ ਅਣ ਮਲੀਨ ਵਿੱਚ ਰੁਲਿਆ ਇਹਦੇ ਵਿੱਚ, ਇਹ ਤਾਂ ਬੜੀ ਵਾਰੀ ਸੰਤਾਂ ਨੇ ਕਹਿਤਾ, ਡਰਨਾ ਚਾਹੀਦਾ ਆਪਾਂ ਨੂੰ, ਇਸ ਗੱਲ ਨੂੰ ਪੂਰਾ ਦਿਮਾਗ ਰੱਖਣਾ ਚਾਹੀਦਾ ਵੀ ਇਹ ਜ਼ਰੂਰੀ ਨਹੀਂ ਕਿ ਮਾਨੁਸ਼ ਜਨਮ, ਇਹ ਹੀਰਾ ਜਨਮ, ਹੀਰਾ ਜਨਮ ਬਚਪਨ ਤੋਂ ਸੁਣਦੇ ਆ ਰਹੇ, ਜਦੋਂ ਦੀ ਹੋਰ ਸੰਭਾਲੀਏ, ਇਹ ਐਵੇਂ ਨਹੀਂ ਕਹਿੰਦੇ ਸੰਤ ਲੋਕ, ਇਹ ਬੜੀ ਵਾਰੀ ਆ ਚੁੱਕਿਆ ਵੀ ਆਪਾਂ ਪਤਾ ਹੀ ਨਹੀਂ ਕਿਹੜੀ ਕਿਹੜੀ ਜੂਨਾਂ 'ਚ ਆ ਕੇ ਫਿਰ 83,99,999 ਇਹ ਬਾਪੂ ਦਇਆ ਕਿਸ਼ਨ ਜੀ ਮਹਾਰਾਜ ਕਹਿੰਦੇ ਹੁੰਦੇ ਸੀ, ਉਸ ਜੂਨਾਂ ਤੋਂ ਬਾਅਦ ਆਪਾਂ ਨੂੰ ਮਿਲਦੀ ਜੂਨ ਜਿਹੜਾ ਕਿ ਅਸੀਂ ਲਾਈਟਲੀ ਲੈ ਲੈਂਦੇ ਹਾਂ, ਕੀ ਵੱਡੀ ਗੱਲ ਹੈ, ਸਾਰਿਆਂ ਦੇ ਬੱਚੇ ਹੋਰ ਹੈ, ਕੀ ਵੱਡੀ ਗੱਲ, ਇਹ ਨਹੀਂ ਗੱਲ। ਫਿਰ ਉਹ ਕਹਿ ਰਹੇ ਨੇ ਮਲੀਨ ਤੂੰ ਹੋ ਗਿਆ, ਰੁਲਦਾ ਫਿਰਦਾ ਤੂੰ ਅਨੇਕ ਜਨਮਾਂ 'ਚ, ਸੰਤ ਦਾਸ ਜਾਂ ਭੁੱਲਿਆ ਆਪ ਤਾਂ ਹੀ, ਤੇ ਸੋਨਾ ਹੋ ਕੇ ਰਤਕਾਂ ਦੇ ਨਾਲ ਤੁਲਿਆ, ਵੀ ਸੋਨੇ ਵਰਗਾ ਤੇਰਾ ਇੰਨਾ ਉੱਚੀ ਅਵਸਥਾ ਹੈ ਤੇ ਤੇਰੀ ਰੱਤੀਆਂ ਮਤਲਬ ਬਿਲਕੁਲ ਜਿਹਦੀ ਕੀਮਤ ਸਭ ਤੋਂ ਘੱਟ ਹੁੰਦੀ ਹੁੰਦੀ ਹੈ ਰੱਤੀਆਂ, ਉਹਨੂੰ ਕਿਹਾ ਰੱਤੀਆਂ ਨਾਲ ਤੁਲਿਆ ਤੂੰ, ਉਹਦੇ ਨਾਲ ਤੇਰ ਤੁਲੇ ਮੈਂ, ਮਤਲਬ ਉਹਦੇ ਬਰਾਬਰੀ ਹੋ ਰਹੀ ਹੈ, ਮਤਲਬ ਤੇਰੀ ਕੀਮਤ ਇੰਨੀ ਘੱਟ ਚੁੱਕੀ ਹੈ, ਤੂੰ ਕੁਛ ਕੁਛ ਸੰਗ ਕਰ ਕੁਛ, ਮਤਲਬ ਅੱਜ ਜਿਹੜਾ ਆਇਆ ਨਾ ਉੱਥੇ ਸਵੇਰੇ, ਉਹਦੇ 'ਚ ਸਾਫ਼ ਲਿਖਿਆ ਹੈ ਵੀ ਬਿਲਕੁਲ ਤੂੰ ਕੀ ਆਇਆ ਸੀ ਦੀਪ, ਉੱਥੇ ਮੈਂ ਤੁਹਾਨੂੰ ਪੜ੍ਹ ਕੇ ਦੱਸਾਂ, ਉਹਦੇ 'ਚ ਸਿਰਫ ਇਹੀ ਗੱਲ ਲਿਖੀ ਹੈ ਅੱਜ ਦੇ ਜਿਹੜੇ ਆਪਾਂ ਨੂੰ ਆਇਆ ਨਾ ਵਾਕ ਹੁਕਮਨਾਮਾ, ਵਾਕ ਹੁਕਮਨਾਮੇ ਦੇ ਵਿੱਚ ਇਹੀ ਗੱਲ ਉਹਨਾਂ ਨੇ ਲਿਖੀ ਹੈ ਕਿ ਪਹਿਲੀ ਲਾਈਨ ਹੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਆਪਾਂ ਨੂੰ ਉਹਨਾਂ ਨੇ ਇੰਨੀ ਪਾਈ ਹੈ ਨਾ ਝਿੜਕ ਮਹਾਰਾਜ ਨੇ, ਆ ਦੇਖੋ, ਹਮ ਅੰਧਲੇ, ਹਮ ਅੰਧਲੇ ਅੰਧ ਵਿਖੇ ਬਿਖ ਰਾਤੇ ਕਿਉਂ ਚਾਲੈ ਗੁਰ ਚਾਲੀ, ਮਤਲਬ ਅੰਨੇ ਹੋ ਕੇ ਵੀ ਰੱਬ ਦੇ ਦਿੱਤੇ ਹੋਏ ਗੁਰੂ ਦੇ ਦੱਸੇ ਹੋਏ ਰਾਹ ਤੇ ਨਹੀਂ ਚੱਲਦੇ ਆਪਾਂ, ਅੰਨੇ ਹੋਏ ਪਏ, ਇੰਨਾ ਮਤਲਬ ਸਖਤੀ ਨਾਲ ਵੀ ਕਈ ਵਾਰੀ ਲਿਖ ਦਿੰਦੀ ਬਾਣੀ ਦੇ ਵਿੱਚ ਵੀ ਸਮਝ ਹੈ, ਕਦੇ ਪੁੱਤਰ ਵੀ ਕਹਿੰਦੇ ਨੇ ਆਪਾਂ ਨੂੰ, ਕਦੇ ਇਸ ਤਰ੍ਹਾਂ ਵੀ ਸਮਝਾਉਂਦੇ ਨੇ ਗੁਰੂ ਵੀ ਅੰਨੇ ਹੋਏ ਬੈਠੇ ਹਾਂ ਅਸੀਂ ਦੁਨੀਆਂ ਦੇ ਸਾਰੇ ਚੱਕਰਾਂ ਦੇ ਵਿੱਚ, ਮੋਹ ਮਾਇਆ ਫਸੇ ਪਏ। ਹਾਂਜੀ ਪੜ੍ਹੋ ਜੀ ਅੱਗੇ, ਬਹੁਤ ਸੁੰਦਰ। ਫੱਗਣ ਫਕਰਾਂ ਦੇ ਪਕੜ ਚਰਨ ਜਾ ਕੇ ਜਿਹੜੇ ਮਨ ਚੋਂ ਮੈਨੂੰ ਮਾਰ ਬੈਠੇ, ਵਧਣ ਘਟਣ ਨਾਹੀ ਲਾਭ ਹਾਣੇ ਅੰਦਰ, ਚਿੰਤਾ ਜਗਤ ਦੀ ਸਭੀ ਵਿਸਾਰ ਬੈਠੇ, ਵਾਹ ਸੁਤੇ ਸਿੱਧ ਦੇ ਵਿੱਚ ਆਨੰਦ ਰਹਿੰਦੇ, ਸੋਮ ਦਾ ਕਰਨ ਉਚਾਰ ਬੈਠੇ, ਸੰਤ ਦਾਸ ਤੂੰ ਵੀ ਪਾਰ ਲੰਘ ਜਾਵੇ, ਜੇਕਰ ਤਿਨਾਂ ਦੇ ਜਾਏ ਦਰਬਾਰ ਬੈਠੇ। ਆਹਾ, ਫੱਗਣ ਮਾਹ ਦੇ ਵਿੱਚ ਫੈਤ ਹੀ ਉਹਨਾਂ ਨੇ ਸ਼ੁਰੂ ਕੀਤਾ, ਫਕਰਾਂ ਦੇ ਚਰਨ ਪਕੜ ਲਿਆ ਵੀ ਜਿਹੜੇ ਸਾਧੂ ਸੰਤਾਂ ਨੇ ਜਿਨ੍ਹਾਂ ਨੇ ਮਨ ਦੇ ਵਿੱਚ ਮੈਂ ਨੂੰ ਮਾਰ ਦਿੱਤਾ,
ਮੈਨੂੰ ਕਿਸੇ ਤਰ੍ਹਾਂ ਦਾ ਅਹਿਮ ਉਹਨਾਂ ਚ ਨਹੀਂ ਰਹਿ ਗਿਆ, ਉਹਨਾਂ ਦੇ ਕੋਲ ਜਾ ਕੇ ਚਰਨ ਪਕੜ ਲਿਆ ਭਾਈ, ਜਿਨ੍ਹਾਂ ਨੂੰ ਵਾਧਾ ਘਾਟਾ ਹੋਵੇ, ਲਾਭ ਹਾਨੀ ਹੋਵੇ, ਉਹ ਚਿੰਤਾ ਸਾਰੀ ਜਗਤ ਦੀ ਸਾਰੀ ਭੁਲਾ ਕੇ ਬੈਠੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ, ਘਾਟਾ ਪੈ ਰਿਹਾ, ਵਾਧਾ ਪੈ ਰਿਹਾ, ਬਿਜ਼ਨਸ ਉਸ ਪਾਸੇ ਲੱਗ ਗਏ ਨੇ, ਸੁੱਤੇ ਸਿੱਧ ਦੇ ਵਿੱਚ ਆਨੰਦ ਰਹਿੰਦੇ, ਸੁੱਤੇ ਸਿੱਧ ਦੇ ਵਿੱਚ। ਇਹ ਮਾਸੀ ਜੀ ਕੀ ਮਤਲਬ ਸਿੱਧ ਦੇ ਵਿੱਚ ਆਨੰਦ ਰਹਿੰਦੇ? ਸਿੱਧੀ ਮਤਲਬ ਆਪਦੇ ਪਾਠ ਕਰਦੇ ਨੇ, ਜਿਹੜਾ ਭਜਨ ਸਿਮਰਨ ਦੇ ਵਿੱਚ ਮਗਨ ਰਹਿੰਦੇ, ਭਜਨ ਦੇ ਆਨੰਦ ਨੇ, ਸੋਹਮ ਦਾ ਜਿਹੜਾ ਆਪਾਂ ਕਹਿ ਰਹੇ ਨਾ, ਸੋਹਮ ਦਾ ਜਿਹੜਾ ਉਹ ਸਾਰਾ ਉਚਾਰ ਕਰਦੇ, ਓਮ ਦੇ ਨਾਮ ਦੇ ਉਚਾਰ ਕਰਦੇ ਨੇ, ਤੂੰ ਵੀ ਪਾਰ ਲੰਘ ਜਾਏਗਾ। ਜੇਕਰ ਕਹਿੰਦੇ ਉਹਨਾਂ ਦੇ ਦਰਬਾਰ ਚ, ਉਹਨਾਂ ਦੇ ਡੇਰਿਆਂ ਤੇ ਜਾਏਗਾ, ਉਹਨਾਂ ਦੇ ਚਰਨ ਪਕੜ ਲਏਗਾ, ਤੇਰਾ ਵੀ ਬੇੜਾ ਪਾਰ ਹੋ ਜਾਏਗਾ। ਹਾਂਜੀ, ਤੇ ਅੱਗੇ ਆ ਗਿਆ ਲੌਂਗ ਦਾ ਮਹੀਨਾ। ਲੌਂਗ ਦਾ ਮਹੀਨਾ ਹੁੰਦਾ 12 ਮਹੀਨਿਆਂ ਤੋਂ ਬਾਅਦ ਇੱਕ ਮਹੀਨਾ, ਕਦੇ ਕਦੇ ਨਾ ਜਿਵੇਂ ਸਾਵਣ ਦੋ ਆਏ ਦਿਨ, ਇਹ 13ਵਾਂ ਮਹੀਨਾ ਆਉਂਦਾ। ਵਾਹ, ਇਹ ਨਵੀਂ ਚੀਜ਼ ਦਾ ਪਤਾ ਲੱਗਿਆ। ਅਧੀ ਮਾਸ ਬੋਲਦੇ ਨੇ ਨਾ, ਅਧੀ ਮਾਸ। ਵਾਹ, ਹਾਂ ਹਾਂਜੀ, ਲੌਂਦ ਲੱਗੇ ਬੰਦਾ ਲੱਕ ਬੰਨ ਕੇ, ਜੇ ਜਿਹੜਾ ਕੰਮ ਹੈਗਾ ਜਿਹੜਾ ਕਿਹੜਾ ਅੜ ਜਾਵੇ, ਕਿਹੜਾ ਕੰਮ ਹੈ ਜਿਹੜਾ ਅੜ ਜਾਵੇ? ਹਾਂ ਕਿਹੜਾ ਕੰਮ ਜਿਹੜਾ ਅੜ ਜਾਵੇ? ਹਾਂ, ਐ ਪਰ ਪਿੱਛਾ ਮੁੜ ਕੇ ਕਦੀ ਨਹੀਂ ਦੇਖੇ, ਵਾਂਗ ਸਤੀ ਦੇ ਪ੍ਰੇਮ ਵਿੱਚ ਸੜ ਜਾਵੇ। ਆਹ ਹਾਏ, ਆਹ ਹਾਏ, ਜਦੋਂ ਗੁਰੂ ਤੇ ਈਸ਼ ਦਿਆਲ ਹੋਣ, ਬੰਦਾ ਪੜੇ ਬਿਨਾ ਸਭੀ ਕੁਛ ਪੜ ਜਾਵੇ। ਸਤਨਾਮ ਸੰਤ ਦਾਸ ਮਜਾਲ ਕੀ ਜਮਾ ਦੀ ਹੈ, ਸੁਨ ਮੰਦਰ ਦੇ ਵਿੱਚ ਜੇ ਵੜ ਜਾਵੇ। ਸਤਨਾਮ, ਕਿਆ ਮਤਲਬ ਕਿ ਲੋਨ ਲੱਗੇ ਬੰਦ, ਉਹ ਕਹਿੰਦਾ ਕੋਈ ਵੀ ਕੰਮ, ਕਿਸੇ ਵੀ ਕੰਮ ਦੇ ਕੋਈ ਐਸਾ ਕੰਮ ਨਹੀਂ ਹੈਗਾ ਜੇ ਬੰਦਾ ਅੜ ਜਾਵੇ ਨਾ, ਵੀ ਹਾਂ ਵੀ ਮੈਂ ਕਰਨਾ ਹੈ, ਉਹ ਹੋ ਜਾਂਦਾ। ਸਿਰਫ ਮਹਾਰਾਜ ਦੀ ਕਿਰਪਾ ਹੋਵੇ। ਉਹ ਕਹਿੰਦੇ ਨੇ ਵੀ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਹਰ ਤਹਿਰੀ ਸੇ ਪਹਿਲੇ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਇਹ ਇਹ ਇੱਕ ਹੋਰ ਸ਼ੇਰ ਇਹਦੇ ਤੇ ਬੜਾ ਸੁੰਦਰ ਹੈ ਕਿ ਇਹ ਇਤਨਾ ਇਤਨਾ ਦੀਵਾਨਾ ਬਣਾ, ਇਹ ਕਾਮਿਲ ਮੁਰਸ਼ਦ ਮੁਝੇ, ਇਤਨਾ ਦੀਵਾਨਾ ਬਣਾ ਇਹ ਕਾਮਿਲ ਮੁਰਸ਼ਦ ਮੁਝੇ ਕਿ ਖੁਦ ਪਰੇਸ਼ਾਨ ਹੋ ਕੇ ਨਿਕਲੇ ਢੂੰਡਨੇ ਮੰਜ਼ਿਲ ਮੁਝੇ। ਤੋ ਇਹ ਇਸ ਤਰ੍ਹਾਂ ਦੀ ਦੀਵਾਨਗੀ ਹੋ ਜਾਏਗੀ ਨਾ, ਕੋਈ ਕੰਮ ਨਹੀਂ ਹੈਗਾ ਜਿਹੜਾ ਨਾ ਆਉਂਦਾ ਵੇ, ਸਭ ਐਵੇਂ। ਜੇ ਹੁਣ ਮੈਂ ਕਹਿ ਦਿਆਂ ਵੀ ਉਹ ਪਾਠ ਮੰਨ ਕੇ ਲਈਦਾ, ਉਹ ਮੈਂ ਸਮਾਧੀ ਤੇ ਬੈਠ ਨਹੀਂ ਸਕਦਾ। ਰਜ਼ਾ ਕਿਆ ਹੈ, ਇੱਕ ਐਸਾ ਵੀ ਹੈਗਾ ਬੰਦਾ, ਖੁਦਾ ਬੰਦੇ ਸੇ ਪੁੱਛੇ ਬੋਲ ਤੇਰੀ ਰਜ਼ਾ ਕਿਆ ਹੈ, ਤੇਰੀ ਕੇ ਰਜ਼ਾ ਕਿਆ ਹੈ, ਇਹੀ ਪਹਿਲੇ ਇਹਦੀ ਇਹੀ ਇੱਥੋਂ ਹੀ ਵੀ ਇਤਨਾ ਤੂੰ ਆਪਦੇ ਆਪ ਨੂੰ ਚਾਹ ਤੇ ਲੈ ਜਾ ਹੈ। ਉਹ ਮੈਂ ਕਹਿੰਦਾ ਵੀ ਉਹ ਹੁਣ ਮੈਂ ਜੇ ਕਹਾਂ, ਕੋਈ ਵੀ ਆਪਣੇ ਚੋ ਇੱਕ ਹੈ, ਉਹ ਪਾਠ ਚ ਮਨ ਨਹੀਂ ਲੱਗਦਾ, ਪਾਠ ਕਿਉਂ? ਕਿਉਂਕਿ ਆਲਸ ਹੈ, ਕਿਉਂਕਿ ਤੁਸੀਂ ਪੂਰੀ ਕਮਿਟਮੈਂਟ ਨਹੀਂ ਹੈਗੀ, ਦੀਵਾਨਗੀ ਨਹੀਂ ਹੈਗੀ। ਜੇ ਤੁਸੀਂ ਕਹੋ ਹਾਂ ਮੈਂ ਪੱਕਾ ਉੱਠਣਾ ਹੀ ਉੱਠਣਾ, ਬ੍ਰਹਮ ਮੁਹੂਰਤ ਤੇ ਉੱਠ, ਮੈਂ ਪਾਠ ਕਰਾਂ, ਜੇ ਮਿਹਨਤ ਕਰੋਗੇ, ਕੋਈ ਲੱਕ ਬੰਨ ਕੇ ਮਤਲਬ ਪੂਰੀ ਮਿਹਨਤ ਨਾਲ ਲਗਨ ਦੇ ਨਾਲ ਲੱਗੋਗੇ, ਕੋਈ ਕੰਮ ਐਸਾ ਨਹੀਂ ਜਿਹੜਾ ਕਿ ਤੁਹਾਡਾ ਨਾ ਹੋ ਸਕੇ। ਉਹ ਲੇਕਿਨ ਇਹ ਕਰ ਕਿੱਥੇ ਵੇਖਦੇ ਵਾਂਗ, ਹਾਂ ਪਿੱਛੇ ਮੁੜ ਕੇ ਨਹੀਂ ਦੇਖਣਾ, ਵੀ ਸ਼ੁਡ ਬੀ ਬਰਨਿੰਗ ਬ੍ਰਿਜਿਸ ਬਿਹਾਈਂਡ ਅਸ, ਕਹਿੰਦੇ ਨਾ ਪਿੱਛੇ ਇੱਕ ਵਾਰੀ ਆ ਗਏ ਤਾਂ ਪਿੱਛੇ ਫਿਰ ਮੁੜਨਾ ਨਹੀਂ। ਉਹ ਸਤੀ ਦੇ ਵਾਂਗ, ਜਿਵੇਂ ਸਤੀ ਇੱਕ ਇੰਨਾ ਪ੍ਰੇਮ ਦੇ ਵਿੱਚ ਆ ਗਏ ਆਪਦੇ ਪਤੀ ਦੇ ਨਾਲ, ਜਿਵੇਂ ਸੜ ਜਾਂਦੀ ਸੀ ਜਿਹੜਾ ਕਿ ਅੱਛਾ ਨਹੀਂ ਮੈਂ ਤਾਂ ਮੰਨਦਾ ਉਹਨੂੰ, ਪਰ ਲੇਕਿਨ ਉਹ ਐਗਜ਼ਾਮਪਲ ਦਿੱਤੀ ਉਹਨਾਂ ਨੇ ਵੀ ਉਸ ਤਰ੍ਹਾਂ ਦਾ ਤੁਹਾਡਾ ਪ੍ਰੇਮ ਹੋਣਾ ਚਾਹੀਦਾ, ਵੀ ਹਾਂ ਵੀ ਮੈਂ ਪ੍ਰਭੂ ਦੇ ਨਾਲ ਜੁੜਨਾ ਤਾਂ ਜੁੜਨਾ ਹੀ ਹੈ, ਤੇ ਗੁਰੂ ਦਿਆਲ ਹੋ ਜਾਏ ਫਿਰ ਬੰਦਾ ਪੜਨ ਦੀ ਲੋੜ ਨਹੀਂ, ਬਿਨਾਂ ਪੜੇ ਹੋਣੇ। ਗੁਰੂ ਦਿਆਲ ਇਹਨਾਂ ਦੇ ਪਿਤਾ ਠਾਕੁਰ ਦਾਸ ਜੀ ਮਹਾਰਾਜ, ਪਿਤਾ ਸੰਤ ਰਾਮ ਤੇ ਦਿਆਲ ਨੇ, ਤਾਂ ਉਹ ਇੱਥੇ ਬਿਨਾਂ ਪੜੇ ਜੰਗਲ ਦੇ ਵਿੱਚ ਰਹਿ ਕੇ, ਮੈਂ ਪਿੰਡ ਵੀ ਨਹੀਂ ਕਹਾਂਗਾ ਲਾਂਬੜੇ ਸਾਹਿਬ ਨੂੰ,
ਜੰਗਲ ਦੇ ਵਿੱਚ 100 ਸਾਲ 125 ਸਾਲ ਪਹਿਲੇ ਜਦੋਂ ਜੰਗਲ ਸੀ, ਜੰਗਲ ਦੇ ਵਿੱਚ ਰਹਿ ਕੇ ਇੰਨੇ ਇੰਟਲੈਕਚੁਅਲ ਜਿਹੜੇ ਹੋਏ ਨੇ ਨਾ, ਇਹ ਗੁਰੂ ਦੀ ਮਿਹਰ ਦੇ ਨਾਲ ਹੋਏ ਨੇ, ਪਿਤਾ ਸੰਤ ਰਾਮ ਜੀ। ਭਗਤ ਕਸ਼ਮੀਰ ਲਾਲ ਜੀ ਮਹਾਰਾਜ ਕਦੇ ਸਕੂਲ ਨਹੀਂ ਗਏ, ਮੇਰੇ ਮਾਤਾ ਜੀ ਚਾਰ ਸਾਰੀਆਂ ਕਲਾਸਾਂ ਪੜ੍ਹੇ ਨੇ, ਤੇ ਦੁਨੀਆਂ ਤੋਂ ਮਾਸੀ ਨੂੰ ਪਤਾ, ਸਾਰੀ ਦੁਨੀਆਂ ਤੋਂ ਸਮਝਦਾਰ ਸੀਗੇ। ਇਹ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਤੁਹਾਡੇ ਉੱਤੇ, ਉਹ ਤੁਸੀਂ ਬਸ ਪੜ੍ਹਨ ਦੀ ਲੋੜ ਨਹੀਂ ਪੈਂਦੀ। ਉਹ ਕਹਿੰਦੇ ਨਾ ਬਿਨਾਂ ਪੜ੍ਹੇ ਵੇ ਸਭ ਕੁਝ ਪੜ੍ਹ ਜਾਵੇ, ਇਹ ਸਭ ਇੰਨੀ ਬਾਣੀ ਉਹਨਾਂ ਨੂੰ ਕੰਠਸਥ ਕਬੀਰ ਭਗਤ ਦਾਸ ਕਸ਼ਮੀਰ ਜੀ ਲਾਲ ਦੇ, ਜੀ। ਹਾਂਜੀ ਕਬੀਰ ਦਾਸ ਜੀ ਹਾਂ, ਇਹ ਕਿਹੜਾ ਸਕੂਲਾਂ ਦੇ ਯੂਨੀਵਰਸਿਟੀਆਂ ਚ ਗਏ ਨੇ, ਹੁਣ ਯੂਨੀਵਰਸਿਟੀ ਵਾਲੇ ਇਹਨਾਂ ਨੂੰ ਪੜ੍ਹਾਉਂਦੇ ਨੇ, ਇਹਨਾਂ ਦੀ ਗੱਲਾਂ ਸਮਝਾਉਂਦੇ ਨੇ ਯੂਨੀਵਰਸਿਟੀ ਵਾਲੇ। ਤੁਸੀਂ ਦੇਖੋ ਸਹੀ, ਆਪ ਜਿਹੜਾ ਸਕੂਲ ਨਾ ਗਿਆ ਹੋਵੇ ਤੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਕਿਤਾਬਾਂ ਲੱਗਦੀਆਂ ਹੋਣਗੀਆਂ, ਹਾਂ ਵੀ ਆ ਦੇਖੋ ਪੜ੍ਹੋ ਕਬੀਰ ਸਾਹਿਬ ਨੇ ਕੀ ਲਿਖਿਆ, ਇਹ ਹੈ ਜੀਵਨ ਦਾ ਸਾਰ। ਇਹ ਉਹੀ ਗੱਲ ਹੈਗੀ ਹੈ, ਭਗਤ ਕਸ਼ਮੀਰ ਲਾਲ ਜੀ ਨੂੰ ਇੰਨੀ ਬਾਣੀ ਯਾਦ ਸੀ, ਇੰਨੇ ਇੰਟੈਲੀਜੈਂਟ ਕਦੇ ਸਕੂਲ ਗਏ ਨਹੀਂ ਹੋਣੇ, ਸਮਝ ਗਏ ਨਾ। ਬਾਕੀ ਸਾਰੇ ਸੰਤ ਆਪਣੇ ਸੰਤਾਂ ਤਾਂ ਖੈਰ ਉਹ ਹਾਂ ਤਾਂ ਸਾਰੇ ਨੂੰ ਹੀ ਯਾਦ। ਹੋਗੇ, ਭਗਤਾਂ ਦੀ ਗੱਲ ਮੈਂ ਦੱਸ ਰਿਹਾ। ਫਿਰ ਉਹ ਕਹਿੰਦੇ ਨੇ ਵੀ ਜਦੋਂ ਬਿਨਾਂ ਪੜ੍ਹੇ ਸਭ ਕੁਝ ਪੜ੍ਹ ਜਾਵੇ, ਸੰਤ ਦਾਸ ਮਜਾਲ ਕੀ ਜਮਾਂ ਦੀ ਹੈ ਸੁਣ, ਮੰਦਿਰ ਦੇ ਵਿੱਚ ਜੇ ਵੜ ਜਾਵੇ ਫਿਰ ਜਮਾਂ ਦੀ ਕੋਈ ਨਹੀਂ। ਉਹ ਕਹਿੰਦੇ ਨੇ ਵੀ ਰਾਮ ਨਾਮ ਲੈ ਜਮ ਜਮ ਸ਼ਰਮਸਾਰ ਹੋ ਕੇ ਕੀ ਪੜ੍ਹਦੇ ਹੁੰਦੇ ਨੇ, ਤੀਨੇ ਤਾਬ ਨਿਵਾਰ, ਉਹ ਜਿਹੜਾ ਤੁਸੀਂ ਜਮ ਲਾਸੀ ਲਜਾਏ ਕਰ ਗਾਉਣਾ ਭਾਗਾ, ਲੱਗੀ ਚ ਹੈ ਜਮ ਲਜਾਏ ਕਰ ਭਾਗਾ, ਜਮ ਲਜਾਏ ਕਰ ਭਾਗਾ, ਰਾਮ ਸ਼ਰਮ ਨਾਮ ਆ ਗਈ ਉਹਨੂੰ। ਮਨ ਲਾਗਾ ਜਮ ਹਾਂ ਲਜਾਏ ਕਰ ਭਾਗਾ, ਕਿੰਨੀ ਵੱਡੀ ਗੱਲ ਹੈ। ਸ਼ਰਮ ਨਾਲ ਭੱਜ ਜਾਂਦਾ ਵੀ ਇੱਥੇ ਤਾਂ ਰੱਬ ਦਾ ਨਾਮ ਲੈ ਰਹੇ ਨੇ, ਮੈਂ ਕਿੱਥੇ ਆ ਗਿਆ ਇੱਥੇ, ਇਹ ਤਾਂ ਨਹੀਂ ਆਪਣੀ ਜਗ੍ਹਾ, ਇੱਥੇ ਤਾਂ ਪਾਰਸ਼ਦ ਆਣਗੇ ਵੀ ਇਹਨੂੰ ਲੈਣ। ਇਹ ਉਹ ਗੱਲ ਹੈਗੀ, ਜਮਾਂ ਦੀ ਮਜਾਲ ਨਹੀਂ ਹੈਗਾ। ਜੇ ਤੁਸੀਂ ਆਦਿ ਸਮਾਧੀ ਬੈਠੇ ਹੋ ਤਾਂ ਨੇੜੇ ਤੇੜੇ ਨਹੀਂ ਲੱਗ ਸਕਦੇ, ਪਤਾ ਨਹੀਂ ਕਿਸ ਵੇਲੇ ਸਮਾਂ ਆਇਆ। ਬਹੁਤ ਸੁੰਦਰ, ਹਾਂਜੀ ਮੈਂ ਤੇ ਰਾਮ ਜੀ ਵੱਲੋਂ ਹਾਂ ਧੀਰਜ ਧਾਰ ਕੇ ਰਾਮ ਜੀ ਕਹਿਣ ਲੱਗੇ, ਸੁਣੋ ਭਰਤ ਜੀ ਕੰਨ ਲਗਾਏ ਕੇਤੇ, ਬਿਨਾਂ ਸਬਰ ਦੇ ਘੜੀ ਨਾ ਮੂਲ ਲੰਘੇ, ਦੇਖੀ ਲੱਖ ਦਲੀਲ ਦੌੜਾਏ ਕੇਤੇ। ਬਿਲਕੁਲ ਪਿਤਾ ਸਾਡੇ ਨੇ ਕਦੀ ਨਾ ਮੂਲ ਮਿਲਣਾ, ਭਾਵੇਂ ਰੋਵੀਏ ਨੀਰ ਵਹਾਏ ਕੇਤੇ, ਬਿਨਾਂ ਸਬਰ ਤੇ ਨਹੀਂ ਫਕੀਰ ਹੁੰਦਾ, ਭਾਵੇਂ ਬਹੇ ਧੂਣੇ ਪੰਜ ਲਾਏ ਕੇਤੇ, ਬਿਨਾਂ ਖਬਰ ਤੇ ਰੱਬ ਨਾ ਮੂਲ ਰੀਝੇ, ਭਾਵੇਂ ਜੰਗਲਾਂ ਚ ਬਹਿ ਜਾਏ ਕੇਤੇ। ਸੰਤ ਦਾਸ ਆਖੇ ਭਾਈ ਸਬਰ ਧਾਰੋ, ਸੁੱਖ ਹੋਰ ਥੋਂ ਮਿਲੇ ਨਾ ਆਏ ਕੇਤੇ। ਵਾਹ ਵਾਹ, ਐਵੇਂ ਨਹੀਂ ਕਹਿੰਦੇ, ਸਹਿਜ ਦਾ ਜਿਹੜਾ ਨਾ ਫਲ ਹੈ ਉਹ ਇਹ ਸਾਰਾ ਸੰਤੋਖ ਧਨ ਸਭ ਤੋਂ ਵੱਡਾ ਧਨ ਇਸ ਕਰਕੇ ਦੱਸਦਾ, ਪਿਤਾ ਸੰਤ ਰਾਮ ਜੀ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ, ਸਬਰ ਚਾਹੀਦਾ ਬਾਈ। ਕਹਿੰਦਾ ਧੀਰਜ ਧਾ ਕੇ ਬੈਠਾ ਕੋਈ ਵੀ, ਆਪਾਂ ਨੂੰ ਹੁਣ ਇਹ ਜਿਹੜੇ ਤੁਸੀਂ ਭਰਤ ਜੀ ਮੇਰੇ ਕੰਨ ਲਾ ਕੇ ਸੁਣੋ, ਤੁਸੀਂ ਆਪ ਸਾਡੀ ਮੇਰੀ ਗੱਲ ਹੈ, ਬਿਨਾਂ ਸਬਰ ਦੇ ਇੱਕ ਮੂਲ ਵੀ ਨਹੀਂ ਲੰਘਦਾ, ਸਬਰ ਦੇ ਨਾਲ ਹੀ ਸਾਰੀ ਗੱਲ ਹੈਗੀ ਹੈ। ਉਹ ਸਬੂਰ ਹੈ ਕਿ ਕਬੀਰ ਸਾਹਿਬ ਨੇ ਵੀ ਲਿਖਿਆ ਨਾ ਕਿ ਕਹਿਤ ਕਬੀਰ ਸੁਣੋ ਭਾਈ ਸਾਧੋ, ਸਾਹਿਬ ਮਿਲੇ ਸਬੂਰੀ ਮੇ, ਸਬੂਰੀ ਮੇ ਲਾਗੋ ਮੇਰੋ ਯਾਰ ਫਕੀਰ, ਫਕੀਰੀ ਮੇ ਕਹਿਤ ਕਬੀਰ ਸੁਣੋ ਭਾਈ ਸਾਧੋ, ਕਹਿਤ ਕਬੀਰ ਸੁਣੋ ਭਾਈ ਸਾਧੋ, ਸਾਹਿਬ ਮਿਲੇ ਸਬੂਰੀ ਮੇ, ਮਨ ਲਾਗੋ ਮੇਰੋ ਯਾਰ ਫਕੀਰੀ ਮੇ। ਤੋ ਇਹ ਸਬੂਰੀ ਇਹ ਸਬਰ ਚਾਹੀਦਾ ਹੁੰਦਾ ਬਈ, ਤਾਂ ਗੱਲ ਬਣੇਗੀ। ਸਾਡੇ ਪਿਤਾ ਨੇ ਹੁਣ ਵਾਪਸ ਨੀ ਆ ਜਾਣਾ, ਜਿੰਨਾ ਮਰਜ਼ੀ ਰੋ ਪਈ ਆਪਾਂ, ਉਹ ਫਕੀਰ ਜਿਹੜਾ ਨਾ ਜਿੰਨੇ ਮਰਜ਼ੀ
ਜੇ ਉਹਦੇ ਚ ਸਹਿਜ ਨਹੀਂ ਹੈਗਾ, ਜੇ ਉਹਦੇ ਸਬਰ ਨਹੀਂ ਹੈਗਾ ਨਾ, ਤੇ ਜਿੰਨੀ ਮਰਜ਼ੀ ਧੂਣੀਆਂ ਲਗਾ ਕੇ ਬੈਠੇ ਆਪਦੇ ਸਰੀਰ ਨੂੰ ਜਿੰਨਾ ਮਰਜ਼ੀ ਕਸ਼ਟ ਦੇਵੇ, ਜੇ ਸਬਰ ਵਾਲਾ ਨਹੀਂ ਹੈਗਾ ਤਾਂ ਨਹੀਂ ਗੱਲ ਬਣਨੀ। ਹੈ ਰੱਬ ਨੂੰ ਰੂਹ ਰੱਬ ਰੀਝਦਾ ਨਹੀਂ ਗਾ, ਜੰਗਲਾਂ ਚ ਭਾਵੇਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਜੇ ਤੁਹਾਡੇ ਸਬਰ ਨਹੀਂ ਹੈਗਾ, ਸੰਤੋਖ ਧੰਨ ਨਹੀਂ ਤੁਹਾਡੇ ਕੋਲ ਹੈਗਾ, ਤਾਂ ਉਹ ਰੱਬ ਨਹੀਂ ਦੇਗਾ। ਤੇ ਉਹ ਸਾਰੇ ਉਹ ਕਹਿੰਦੇ ਨੇ ਵੀ ਕਿਤੋਂ ਨਹੀਂ ਹੋਰ ਮਿਲਦਾ, ਸਿਰਫ ਸਬਰ ਦੇ ਵਿੱਚ ਸੁੱਖ ਹੈਗਾ, ਹੋਰ ਕਿਤੋਂ ਨਹੀਂ ਮਿਲਦਾ। ਬਈ ਇਹ ਤੁਸੀਂ ਸਮਝ ਲਓ, ਪਿਤਾ ਸੰਤ ਰਾਮ ਜੀ ਮਹਾਰਾਜ ਕਹਿ ਰਹੇ। ਹਾਂਜੀ ਠੀਕ ਹੈ, ਗਾਣਾ ਹੈ ਜੀ ਭਰਤ ਜੀ ਦਾ। ਭਰਤ ਆਜ ਦੁੱਖੋਂ ਨੇ ਘੇਰਾ ਹੁਆ ਹੈ, ਸ਼ਰਮਸਾਰ ਜਗ ਮੇਂ ਬਥੇਰਾ ਹੁਆ ਹੈ। ਭਰਤ ਕਹਿ ਰਿਹਾ, ਭਰਤ ਆਜ ਦੁੱਖੋਂ ਨੇ ਘੇਰਾ ਹੁਆ ਹੈ, ਸ਼ਰਮਸਾਰ ਜਗ ਮੇਂ ਬਥੇਰਾ ਹੁਆ ਹੈ। ਜਿਧਰ ਨਜ਼ਰ ਭਰ ਕੇ ਦਰਾ ਦੇਖਤਾ ਹੂੰ, ਖੜਾ ਦੁੱਖ ਹੀ ਕੋ ਸਾਹਮਣੇ ਦੇਖਤਾ ਹੂੰ। ਸਭੀ ਨਾਸ਼ ਘਰ ਬਾਰ ਮੇਰਾ ਹੁਆ ਹੈ, ਭਰਤ ਆਜ ਦੁੱਖੋਂ ਨੇ ਘੇਰਾ ਹੁਆ ਹੈ, ਸ਼ਰਮਸਾਰ ਜਗ ਮੇਂ ਬਥੇਰਾ ਹੁਆ ਹੈ। ਉਹ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰ ਰਿਹਾ ਭਰਤ। ਹਾਂ ਵੀ ਮੈਂ ਹਰ ਵੇਲੇ ਮੈਨੂੰ ਤਾਂ ਦੁੱਖ ਨਜ਼ਰ ਆ ਰਿਹਾ ਮਹਾਰਾਜ, ਮੈਂ ਕੀ ਕਰਾਂ। ਹਾਂਜੀ ਚੱਕਰ ਮੇਂ ਤਕੀਦਰ ਵੇਖ ਕੇ ਫਸ ਰਿਹਾ ਹੈ, ਚੱਕਰ ਮੇਂ ਤਕੀਦਰ ਤਕਦੀਰ ਕੇ ਫਸ ਹਾਂ, ਰਿਹਾ ਹੈ। ਇਹ ਮੈਂ ਨਿਸ਼ਾਨੀ ਲਾਈ, ਇਹ ਥੋੜਾ ਜਿਹਾ ਗਲਤੀ ਲੱਗ ਗਈ ਪ੍ਰਿੰਟਿੰਗ ਦੇ ਵਿੱਚ। ਤਕਦੀਰ ਹੋਣਾ ਚਾਹੀਦਾ, ਤਕਦੀਰ ਤਕਦੀਰ ਹੋਣਾ ਚਾਹੀਦਾ ਇੱਥੇ। ਹਾਂ, ਚੱਕਰ ਮੇਂ ਤਕਦੀਰ ਕੇ ਫਸ ਰਿਹਾ ਹੈ, ਖੜਾ ਕਾਲ ਸਿਰ ਪਰ ਮੇਰੇ ਹੱਸ ਰਿਹਾ ਹੈ। ਜਾਂ ਲੈਣੇ ਕੇ ਜਾਲ ਘੇਰਾ ਹੁਆ ਹੈ, ਭਰਤ ਅੱਜ ਦੁੱਖੋਂ ਨੇ ਘੇਰਾ ਹੁਆ ਹੈ, ਜਾਂ ਸ਼ਰਮ ਲੈਣੇ, ਸਾਰ ਮੇਰੀ ਜਾਨ ਲੈਣ ਵਾਸਤੇ ਉਹਨੇ ਜਾਲ ਬਥੇਰਾ ਫੈਂਕਿਆ ਹੁਆ। ਹੋਇਆ ਹੈ। ਹਾਂ, ਜਾਂ ਲੈਣੇ ਨਾ ਕੋ ਸਿਰ ਜਾਲ ਘੇਰਾ ਹੁਆ ਹੈ, ਜਾਲ ਨਾ ਸਿਰ ਪਰ ਪਿਤਾ ਔਰ ਘਰ ਮੇਂ ਨਾ ਭਾਈ, ਨਾ ਮਹਿਲੋਂ ਮੇਂ ਰੌਣਕ ਹੈ ਇਹੀ ਦੁਹਾਈ। ਨਾ ਸਿਰ ਪਰ ਪਿਤਾ ਔਰ ਘਰ ਮੇਂ ਨਾ ਭਾਈ, ਨਾ ਮਹਿਲੋਂ ਮੇਂ ਰੌਣਕ ਹੈ ਇਹੀ ਦੁਹਾਈ। ਭਰਤ ਭਰਤ ਵੈਰੀ ਸ੍ਰੀ ਰਾਮ ਘੇਰਾ ਹੁਆ ਹੈ, ਭਰਤ ਅੱਜ ਦੁੱਖੋਂ ਨੇ ਘੇਰਾ ਹੁਆ ਹੈ, ਸ਼ਰਮਸਾਰ ਜਗ ਮੇਂ ਬਥੇਰਾ ਹੁਆ ਹੈ। ਇਹ ਕੇਰਾ ਦੀ ਜਗ੍ਹਾ ਵੀ ਤੇਰਾ ਹੋਣਾ ਚਾਹੀਦਾ। ਭਰਤ ਭਰਤ ਵੈਰੀ ਸ੍ਰੀ ਰਾਮ ਤੇਰਾ ਹੋਣਾ ਚਾਹੀਦਾ ਇੱਥੇ। ਨਹੀਂ ਨਹੀਂ ਤੇਰਾ ਵੀ ਨਹੀਂ ਹੋ ਸਕਦਾ, ਭਰਤ ਵੈਰੀ ਦਾ ਥੋੜਾ ਸ਼੍ਰੀ ਰਾਮ ਤੇਰਾ ਨਹੀਂ ਹੋ ਸਕਦਾ। ਇੱਕ ਮਿੰਟ, ਇਹਦਾ ਮਤਲਬ ਦੱਸੋ ਮਾਸੀ। ਕੇਰਾ ਕੇਰਾ ਹੋ ਸਕਦਾ, ਘੇਰਾ ਨਹੀਂ, ਭਰਤ ਵੈਰੀ ਤੁਹਾਡੇ ਲਈ ਕੇਰਾ ਨੀ ਕਿਵੇਂ ਘੇਰਾ ਕੇਰਾ ਕੇਰਾ ਤੁਹਾਡੇ ਭਰਤ ਵੈਰੀ ਕੇਰਾ ਨੀ ਕੇਰਾ ਘੇਰਾ ਹੈ ਮੈਨੇ ਬਲੇ ਆਪਾਂ ਕਹਿੰਦੇ ਦੁੱਖਾਂ ਹੋਏ ਬਲੇ ਹੋਏ ਕੇਰਾ ਭਰਤ ਵੈਰੀ ਸ਼੍ਰੀ ਰਾਮ ਸ਼੍ਰੀ ਰਾਮ ਨਹੀਂ, ਲੋਕਾਂ ਦੇ ਮੁਤਾਬਕ ਤਾਂ ਭਰਤ ਦਾ ਵੈਰੀ ਹੋ ਗਿਆ ਨਾ, ਵੈਰ ਸ਼੍ਰੀ ਰਾਮ ਲੋਕਾਂ ਨੇ ਤਾਂ ਇਹੀ ਕਹਿਣਾ ਨਾ ਭਰਤ ਵੈਰੀ ਹੈ ਤਾਂ। ਕੇਰਾ ਹੁਆ ਕੇਰਾ ਦੀ ਜਗ੍ਹਾ ਤੇਰਾ ਹੀ ਬਣਦਾ ਹੈਗਾ। ਵੈਰੀ ਭਰਤ ਭਰਤ ਵੈਰੀ ਸ਼੍ਰੀ ਰਾਮ ਕੇ, ਇਹਦਾ ਕੀ ਮਤਲਬ ਹੋ ਸਕਦਾ ਹੈ ਮਾਸੀ ਜੀ? ਮੈਨੂੰ ਸਮਝ ਨਹੀਂ ਕੇਰਾ ਦਾ ਲੱਗਦਾ, ਮਤਲਬ ਬਣਦਾ ਹੀ ਨਹੀਂ ਕੋਈ, ਕੇਰਾ ਕੋਈ ਲਫ਼ਜ਼ ਨਹੀਂ ਹੈਗਾ। ਭਰਤ ਨਹੀਂ, ਲੱਗਿਆ ਤਾਂ ਨਾ ਕੇਰਾ, ਕਿਉਂਕਿ ਕੇਰਾ ਗੇਰਾ ਮੇਰਾ ਇਹ ਉਹਨਾਂ ਨੇ ਰਾਈਮ ਬਣਾਇਆ, ਇਹ ਹੈ ਤਾਂ ਉਹਨਾਂ ਨੇ ਸਹੀ ਲਿਖਿਆ, ਲੇਕਿਨ ਇਹਦਾ ਕੋਈ ਸਮਝਣਾ ਪਏਗਾ ਮਤਲਬ ਧਿਆਨ ਨਾਲ। ਉਹ ਤਾਂ ਗੇਰਾ ਹੁਆ ਤੇ ਸੁੱਟਿਆ ਹੋਇਆ, ਉਹ ਤਾਂ ਠੀਕ ਹੈ, ਕਵਿਤਾ ਪੁੱਛ ਰਹੀ ਹੈ। ਗੇਰਾ ਗੇਰਾ ਦਾ ਮਤਲਬ ਤਾਂ ਹੈ ਜਾਲ ਸੁੱਟਿਆ ਹੋਇਆ ਉਹਨਾਂ ਨੇ,
ਇਹ ਕੇਰਾ ਦਾ ਬਾਤ ਮਤਲਬ ਹੈ ਵੈਰੀ ਸ਼੍ਰੀ ਭਰਤ, ਰਾਮ ਤੇਰਾ ਵੈਰੀ ਹੁਆ ਹੈ, ਸ਼੍ਰੀ ਰਾਮ ਕੇਰਾ ਹੁਆ ਨਹੀਂ ਆਪ ਪਹਿਲੀ ਲਾਈਨ ਪੜ੍ਹਦੇ ਹਾਂ ਨਾ, ਮੈਂ ਤੁਹਾਨੂੰ ਸਮਝਾਉਣਾ ਫਿਰ ਮੈਂ, ਨਾ ਨਾ ਸਿਰ ਪਰ ਸਿਰ ਪਰ ਪਿਤਾ ਪਿਤਾ, ਨਾ ਸਿਰ ਪਰ ਪਿਤਾ ਔਰ ਘਰ ਮੇ ਨਾ ਭਾਈ, ਨਾ ਮਹਿਲੋ ਮੇ ਰੌਣਕ ਹੈ ਇਹੀ ਦੁਹਾਈ, ਭਰਤ ਵੈਰੀ ਸ਼੍ਰੀ ਰਾਮ ਤੇਰਾ ਹੁਆ ਹੈ। ਉਹ ਲੋਕਾਂ ਤੇ ਲੋਕੀ ਤਾਂ ਕਹਿੰਦੇ ਭਰਤ ਇਹਦਾ ਵੈਰੀ ਹੈ, ਪਿੱਛੋਂ ਭਰਤ ਰਾਜ ਕਿਹੜਾ ਦੁਖੀ ਹੋਣੇ ਤੇਰਾ ਹੁਆ। ਤੀਰ ਕੇ ਫਸ ਰਹਾ ਹੈ, ਖੜਾ ਕਾਲ ਸਿਰ ਪਰ ਮੇਰੇ ਹੱਸ ਰਹਾ ਹੈ, ਜਲ ਲੈਣੇ ਕੋ ਜਾਲ ਘੇਰਾ ਹੁਆ ਹੈ, ਗੇਰਾ ਘੇਰਾ ਹੋ, ਹੁਆ। ਉਹ ਤਾਂ ਹੋ ਗਿਆ ਮਾਸੀ ਜੀ, ਉਹ ਤਾਂ ਠੀਕ ਹੈ। ਹੋਰ ਕੇ ਇੱਥੇ ਰੱਖੋ, ਇਸ ਤੋਂ ਇੱਥੇ ਤੇਰਾ ਹੀ ਬਾਅਦ ਬਣੂ ਜਿਹੜਾ ਆਇਆ ਨਾ, ਨਾ ਸਿਰ ਪਰ ਪਿਤਾ ਔਰ ਘਰ ਮੇ ਨਾ ਭਾਈ, ਨਾ ਮਹਿਲੋਂ ਮੇ ਰੌਣਕ ਹੈ ਦੇ ਇਹੀ ਦੁਹਾਈ, ਭਰਤ ਵੈਰੀ ਸ਼੍ਰੀ ਰਾਮ ਕੇਰਾ ਹੁਆ ਹੈ। ਚਲੋ ਇਹਨੂੰ ਫਿਰ, ਇਹ ਮੈਨੂੰ ਜੇ ਸਮਝ ਲੱਗਦੀ ਤਾਂ ਮਾਸੀ ਮੈਨੂੰ ਦੱਸੋ, ਭਰਤ ਵੈਰੀ ਸ਼੍ਰੀ ਰਾਮ ਕੇਰਾ ਹੁਆ। ਆਪਾਂ ਲਾਂਬੜੇ ਤੋਂ ਪੁੱਛਾਂਗੇ ਵੀ, ਹਾਂ ਇਹ ਪੁੱਛ ਲੈਣਾ ਹੈ, ਨਿਸ਼ਾਨ ਲਗਾ ਦੋ। ਹਾਂਜੀ ਅੱਗੋਂ ਕੋਈ ਦਿਖਾਉਂ ਗੱਲ ਨਹੀਂ, ਕਿਸੇ ਫਾੜ ਸੀਨਾ ਪਿਆਰੇ, ਹੈ ਛੋੜਾ ਭਰਤ ਤੁਮਨੇ ਕਿਸ ਕੇ ਸਹਾਰੇ। ਤੇਰਾ ਹੁਆ ਭਰਤ ਭਰਤ ਸ਼੍ਰੀ ਰਾਮ ਆਪਣੇ ਆਪ ਨੂੰ ਕਿਹੜੇ ਕਹਿੰਦਾ ਪਿਆ ਰਾਮ ਨੂੰ ਕਿ ਮੈਂ ਤੇਰਾ ਵੈਰੀ ਹੋ ਗਿਆ। ਇੱਕ ਸਰ ਮਾਸੀ ਜੀ ਨੂੰ ਕੁਛ ਸ਼ਾਇਦ ਸਮੇਂ ਲੱਗੀ, ਮਾਸੀ ਜੀ ਉਹ ਕੁਛ ਮੈਂ ਇਹਦਾ ਸਮਝ ਆ ਮਤਲਬ ਗਈ, ਦੱਸ ਮੈਨੂੰ ਪਾ ਲੱਗ ਗਈ ਸਮਝ, ਉਹ ਕਿ ਭਰਤ ਕਹਿ ਕਿਹੜਾ ਰਿਹਾ ਕਿ ਮੈਂ ਤੇਰਾ ਵੈਰੀ ਹੋ ਗਿਆ, ਇਹਦਾ ਮਤਲਬ ਸ਼੍ਰੀ ਇਹ ਰਾਮ ਜੀ ਨੇ ਰਾਮ ਨੂੰ ਕਹਿੰਦਾ ਮੈਂ ਵੈਰੀ ਤੇਰਾ ਵੈਰੀ ਹੋ ਗਿਆ। ਮਾਸੀ ਵੈਰੀ ਜੀ ਮਚ ਇੱਕ ਮਿੰਟ ਸੁਣਨ ਦਿਓ, ਮਾਸੀ ਬੋਲੋ। ਇਹੋ ਮੈਂ ਕਹਿ ਰਹੀ ਹਾਂ, ਜੋ ਕਹਿੰਦੇ ਭਰਤ ਜਿਹੜਾ ਹੈ ਨਾ, ਆਪਣੇ ਆਪ ਨੂੰ ਕਹਿੰਦੇ ਪੈਣ ਭਰਤ ਜੀ, ਤੇ ਹਾਂ ਮੈਂ ਸ਼੍ਰੀ ਰਾਮ ਜੀ ਦਾ ਵੈਰੀ ਬਣ ਗਿਆ, ਵੈਰੀ ਬਣ ਕੇਰਾ ਦੀ ਗਿਆ, ਜਗ੍ਹਾ ਤੇ ਤੇਰਾ ਹੈਗਾ ਤੁਹਾਡੇ ਖਿਆਲ ਤੇਰਾ ਨਾਲ। ਹੈ ਤੇਰਾ। ਹਾਂ ਅੱਗੇ ਅੱਗੇ ਹੀ ਲਾਈਨ ਦੱਸਦੀ ਹੈ ਨਾ, ਅਗਲੀ ਲਾਈਨ ਜਿਹੜੀ ਦੱਸਦੀ ਹੈ ਮਤਲਬ ਇਹਦਾ, ਦਿਖਾਓ ਦਿਖਾਓ ਕਿਸੇ ਫਾੜ ਸੀਨਾ ਪਿਆਰੇ, ਹੈ ਛੋੜਾ ਭਰਤ ਤੁਮਨੇ ਕਿਸਕੇ ਸਹਾਰੇ। ਇਹ ਛੋੜਾ ਭਰਤ ਤੁਮਨੇ ਕਿਸਕੇ ਸਹਾਰੇ, ਸੀਨਾ ਸਖਤ ਪੱਥਰ ਸਾ ਤੇਰਾ ਹੁਆ ਹੈ। ਤੇਰਾ ਪਰਾਇਆ ਨਾ ਹੋਏ, ਸੀਨਾ, ਪਰਾਇਆ ਤੇਰਾ ਸੀਨਾ ਜਿਹੜਾ ਸਖਤ ਪੱਥਰ ਹੋ ਗਿਆ, ਜਿਹੜਾ ਤੂੰ ਭਰਤ ਨੂੰ ਛੱਡ ਦਿੱਤਾ ਹੈ। ਭਰਤ ਆਜ ਹਾਂਜੀ ਦੁੱਖੋਂ ਨੇ ਘੇਰਾ ਹੁਆ ਹੈ, ਭਰਤ ਆਜ ਦੁੱਖੋਂ ਨੇ ਘੇਰਾ ਹੁਆ ਹੈ, ਸ਼ਰਮਸਾਰ ਜਗ ਮੇਂ ਬਥੇਰਾ ਹੁਆ ਹੈ। ਆਪਣੇ ਆਪ ਨੂੰ ਗਿਲਟੀ ਫੀਲ ਕਰ ਰਿਹਾ ਹੈ ਭਰਤ। ਥੋੜੀ ਪਿਕ ਖਿੱਚ ਲਓ ਆਪ ਤੁਸੀਂ ਮੋਬਾਈਲ ਤੋਂ, ਫਿਰ ਇੰਨਾ ਕੁ ਭੇਜ ਕੇ ਤੇ ਫਿਰ ਪਤਾ ਆਹੋ ਕਰਵਾ ਇਹ ਲਾਂਗੇ। ਫੋਟੋ ਦਾ ਕਰਕੇ ਪੁੱਛੋ। ਹਾਂਜੀ ਹੁਣ ਵਿਸ਼ਰਾਮ ਦਈਏ ਕਿ 72? ਹਾਂ ਵਿਸ਼ਰਾਮ, ਤੁਹਾਨੂੰ ਪਤਾ ਟਾਈਮ ਕਦੋਂ ਸ਼ੁਰੂ ਕੀਤਾ? ਮੇਰੇ ਖਿਆਲ ਦਾ ਜਦੋਂ ਵੀ ਕੀਤਾ ਪੌਣੇ ਸੱਤ ਕੀਤਾ ਸੀ, ਪੌਣੇ ਸੱਤ ਕੀਤਾ ਸੀ। ਉਹਨੇ ਹੁਣ ਸੱਤ ਕੀ ਕਰ ਕੀਤਾ। ਰਹਿੰਦੇ ਨੇ ਨਾ ਭਜਨ ਬੋਲਣ ਵਾਲੇ, ਬਿਲਕੁਲ ਬਿਲਕੁਲ ਭਜਨ ਬਿਲਕੁਲ ਇਹਨਾਂ ਨੂੰ ਰਾਮ ਦੇ ਦਿਓ। ਇਹ ਹੁਣ ਰਾਮ ਜੀ ਵੱਲੋਂ ਜਿਹੜਾ ਭਜਨ ਹੈ ਇਹ ਹੋਏ ਰਾਮ ਜੀ ਵੱਲੋਂ 72 ਤੋਂ ਇਹ ਭਜਨ ਬਿਲਕੁਲ ਕਹੋ, ਗਾ ਦੇਣਾ ਭਜਨ ਹੈ। ਪਹਿਲੇ ਉਹ ਪੰਜਾਬ ਦੀ ਕਰਾ ਲਓ ਠੀਕ ਕਰਾ ਲਓ ਜਿਵੇਂ ਤੁਹਾਡੀ। ਮਾਮਾ ਕਥਾ ਜਿਹੜੀ ਤੁਸੀਂ ਵਿਸ਼ਰਾਮ ਲੇਖ ਹੈ, ਵਿਦਾ ਹੋਏ ਹਨੁਮਾਨ, ਰਾਮ ਲਖਮਣ ਜਾਨਕੀ, ਸਦਾ ਕਰੋ ਕਲਿਆਣ ਸਿਆਵਰ ਰਾਮ। ਜੈ ਜੈ ਰਾਮ ਮੇਰੇ ਪ੍ਰਭੂ ਰਾਮ, ਜੈ ਜੈ ਰਾਮ, ਮੰਗਲ ਭਵਨ ਅਮੰਗਲ ਹਾਰੀ, ਪ੍ਰਭੂ ਸਦਸ਼ਰਥ ਅਜਰ ਬਿਹਾਰੀ। ਹੁਣ ਸਿਆਪਤੀ ਰਾਮ ਚੰਦਰ ਮਹਾਰਾਜ ਮਹਾਰਾਜ ਕੀ ਜੈ, ਕੀ ਜੈ, ਵਾਹ ਜੀ ਵਾਹ, ਬਾਪੂ ਠਾਕੁਰ ਦਾਸ ਜੀ ਮਹਾਰਾਜ ਆਪਕੀ ਸਦਾ ਜੈ, ਬਾਪੂ ਸੰਤ ਰਾਮ ਜੀ ਮਹਾਰਾਜ ਆਪਕੀ ਸਦਾ ਹੀ ਜੈ। ਰਾਮ ਚੰਦਰ ਜੀ ਕਾ ਧੰਨਵਾਦ, ਪਿਤਾ ਸੰਤ ਰਾਮ ਜੀ ਦਾ ਧੰਨਵਾਦ, ਸਰਲਾ ਮਾਸੀ ਦਾ, ਮਾਮਾ ਜੀ ਦਾ, ਗੁਰਦਿੱਤਾ ਮਨਾਕਾ ਜੀ, ਸਾਰਿਆਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਲਗਾਓ ਜੀ।
ਓ ਬਾਪੂ ਨੰਦਾ ਚੌਰ ਵਾਲਿਆ ਆ ਪੀਸਦਾ ਹੀ ਜੈ।